بر محمد وآل محمد صلوات. سامعین گرامی، عزاداران مظلوم کربلا، موالیان حیدر کرار، اب میں ملتمس ہوں شہنشاہ ذکر مسائل ذاکر مسافر شام جناب ذاکر زوار عالم عباس بٹی لیا کہ وہ زیب ممبر ہوں اور آج کی اختتامی مجلس سے خطا فرمائیں. تو مومنین سے گزارش ہے کہ آخری فرصہ ہے، دعا میں ضرور شامل ہو کے جائیں، مختصر حاضری ہے. تو مومنین سے اپیل ہے کہ آخری فرصہ ہے، دعا میں ضرور شامل ہو کے جائیں. جناب ذاکر زوار عالم عباس بٹی لیا باواز بلند صلوات. بسم اللہ الرحمن الرحیم. اللهم كل ملكك الحجة ابن الحسن صلواتك عليه وعلى آبائه في هذه الساعة وفي كل ساعة، وليا محافظا قائدا وناصرا ودليلا معينا حتى تسكنه أرض فتوعه تمتعه فيها طويلا. یا رب محمد و آل محمد، عاجل فرج آل محمد. الٰہی امام زمن دے ظہور تعظیم، پچھلے احباب آمین بھی شامل ہو جو دعا بہت جلد قبول ہو گئی مجلس اذا جو مومن دی آمین چ مالکہ نے بڑا آسان رکھے. الٰہی امام زمن دے ظہور تعظیم فرما، بانی مجلس دی توفیقات خیر چ خدایا اضافہ فرما، مرحومین دے درجات بلند فرما، ملک پاکستان دی حفاظت فرما، عزاداری دی، عزاداراں دی، علماء حقا دی، ماتمیاں دی خدا حفاظت فرما. اتنے حد بلند سارے کربلا و شام دا زوار ہے، بارویں بادشاہ دا ہونے ظہور ہوئے. تمام دعائیں دی قبولیت واسطے ایک صلوات بلند ماشاءاللہ جی. جیڑا بھی مدر خان ذکر پاک واسطے اٹھے وہ یقیناً تو کو عہدے پہ تو صلوات پڑھو، یا ناظم ممبر صاحب بھی اعلان کرنے تو بھی تو کو عہدے پہ تو صلوات پڑھو، ہلکے چلے جاؤ نو خان بھی تو کو عہدے پہ تو صلوات پڑھو، مسجد ہی چاہ جاؤ تو پیش نماز بھی تو کو عہدے پہ صلوات پڑھو. کتنا ایک اجر ہے، کتنا ایک ثواب ہے اس صلوات کا جڑی بار بار آکھی رہتی ہے. سب شامل ہو جاؤ تو میں دس دینا، بس وہ فرما رہے ہیں بروز محشر نیک عمل ڈھیر ساری اہمیت دے حامل ہو سکے، انہاں نیک عملہ وچوں بس وہ فرما رہے ہیں جڑا سب نالوں وزنی عمل ہو سکے وہ عمل ساڈے تے صلوات. یقیناً احساس ہے صبح دا مجلس دا آغاز ہے، اور اختتامی مراحل کو مجلس ہے. بڑی دیر تو مولا دا ذکر پاک سماعت فرمایا ہے، اس سارا دا دل بھی ہے کہ تسی سارے کربلا جاؤ، سارے دی مرضی ہے، پچھلے دی مرضی ہے. انشاءاللہ یقیناً یقیناً بادشاہ ضرور بلے سلسل کربلا. تو جو ممبر پاک ہوں دے ہیں یہ شبیہ ہے مولا دے مرکت کی، تو کربلا دے ضرور جا سکتا، لیکن ممبر پاک وعدے قریب ہے
ਤੁਸੀਂ ਉੱਠ ਕੇ ਮੈਂਬਰ ਦੇ ਕਰੀਬ ਆ ਜਾਓ ਜੋ ਮੇਰਾ ਖਿਆਲ ਹੈ ਬੜਾ ਮਾਹੌਲ ਬਿਹਤਰ ਹੋ ਜਾ ਸਕਦਾ। ਬਹੁਤ ਮਿਹਰਬਾਨੀ ਜੀ, ਵਾਦਾ ਵਫਾ ਜਨਾਬ ਦੇ ਚੇਹਰਾ ਦੀ ਜ਼ਿਆਰਤ ਮਿੰਬਰ ਦੀ ਬਾਰਗਾਹ ਵਿੱਚ ਹਾਜ਼ਰ ਜਿਤਨੇ ਅਹਬਾਬ ਮੌਜੂਦ ਹੋ ਸਭ ਦੀ ਇਜਾਜ਼ਤ ਹੈ ਮੈਂ ਜ਼ਿਕਰੇ ਪਾ। ਪਹਿਲਾ ਜੁਮਲਾ ਅਗਰ ਮੈਂ ਬਗੈਰ ਹੀ ਇੰਤਜ਼ਾਰ ਕੀਤੇ ਪਹੁੰਚਾ ਦੇਵਾਂ, ਬਗੈਰ ਇੰਤਜ਼ਾਰ ਕੀ ਵਿੱਚ ਸ਼ਾਮਿਲ ਤਾਂ ਹੋ ਜਾ ਸਕਦਾ। ਮੁਕੱਦਰ ਦਾ ਸਿਕੰਦਰ ਹੈ ਉਹ ਬੰਦਾ ਜਿਹਦੇ ਜ਼ਮੀਰ ਦਾ ਮਾਲਿਕ ਸ਼ਬੀਰ। ਕਿਆ ਬਾਤ ਹੈ ਸਰ, ਮੌਲਾ ਸਲਾਮਤ ਰੱਖੇ, ਜਿਹੜੇ ਖੂਬਸੂਰਤ ਤੁਸੀਂ ਤਾਇਫ ਫਰਮਾਈਏ। ਅਤੇ ਫਿਰ ਅਗਲਾ ਜੁਮਲਾ ਬਗੈਰ ਇੰਤਜ਼ਾਰ ਕੀਤੇ ਆਖਦੇ ਨੇ, ਬੜਾ ਵਕਤ ਹੈ ਉਸ ਬੰਦੇ ਕੋਲ ਜੇਕੋ ਮੌਲਾ ਦਾ ਨਾਮ ਸੁਣ ਕੇ ਖੁਸ਼ੀ ਹੋਈ। ਸਾਈਂ ਸਾਈਂ ਸਾਈਂ, ਬੜਾ ਤਰੱਕੀ ਕਰ ਗਏ ਉਹ ਬੰਦਾ ਜਿਹੜਾ ਸ਼ਬੀਰ ਦਾ ਨਾਂ ਸੁਣ ਕੇ ਖੁਸ਼ ਹੋ। ਬੜਾ ਹੀ ਵਕਤ, ਪੈਸਾ ਜ਼ਿਆਦਾ ਹੋਵੇ ਤਾਂ ਬੰਦੇ ਆ ਦਿਨ ਬੜਾ ਵਕਤ, ਘਰ ਵੱਡਾ ਹੋਵੇ ਤਾਂ ਬੰਦੇ ਆ ਦਿਨ ਬੜਾ ਵਕਤ, ਸਵਾਰੀ ਵੱਡੀ ਹੋਵੇ ਤਾਂ ਬੰਦੇ ਆ ਦਿਨ ਬੜਾ ਵਕਤ। ਦੁਨੀਆ ਦੀ ਨਜ਼ਰ 'ਚ ਕੱਲ੍ਹ ਵੀ ਵਕਤ ਹੈ, ਹੁਣ ਵੀ ਹੈ, ਵਕਤ ਵੀ ਹੋ ਸਕਦਾ। ਮਲੰਗਾਂ ਦੀ ਨਜ਼ਰ 'ਚ ਵਕਤ ਆਦੇ ਹੋਏ ਕਹਿੰਦੇ ਅੰਦਰ ਹੁਸੈਨ ਵਸਦਾ ਹੈ। ਨੌਜਵਾਨ ਬੈਠਾ ਥੋੜ੍ਹੀ ਹਿੰਮਤ ਫਰਮਾਓ, ਗਾਈਡ ਫਰਮਾਓ, ਵਕਤ ਹੈ ਹੀ ਉਹ ਇੱਕ ਜਿਹਦੇ ਅੰਦਰ। ਅੱਛਾ ਚਲੋ, ਮੈਂ ਮਾਸੂਮ ਦੀ ਜ਼ੁਬਾਨੀ ਪੜ੍ਹਦੇ ਹਾਂ, ਜਿਹੜੇ ਖਾਮੋਸ਼, ਚਲੋ ਮਾਸੂਮ ਦੀ ਜ਼ੁਬਾਨੀ ਸੁਣ ਕੇ ਤਾਂ ਸ਼ਾਮਿਲ ਹੋ ਜਾ ਸਕਦਾ। ਮੁਹੱਬਤ ਏ ਸ਼ਬੀਰ, ਇਹ ਮੁਹੱਬਤ ਏ ਮੌਲਾ ਏ ਮਜ਼ਲੂਮ ਏ ਕਰਬਲਾ, ਇਸ਼ਕ ਏ ਇਮਾਮ ਹੁਸੈਨ ਅਲੈਹ ਸਲਾਮ। ਮੌਸਮ ਦੀ ਪਰਵਾਹ ਕੀਤੇ ਬਗੈਰ ਅਗਰ ਬੰਦਾ ਆ ਜਾਂਦਾ ਤਾਂ ਹੈ ਕਿਆ। ਮੌਸਮ ਜੈਸਾ ਵੀ ਇਹ ਗਰਮੀ ਅਰੂਜ ਦੇ ਵਸੀਲਤ ਸ਼ਰਬੂਰ, ਪਤਾ ਹੈ ਇਸ਼ਤਿਹਾਰ ਨਿਕਲਾ ਹੋਇਆ, ਪਤਾ ਹੈ ਐਲਾਨ, ਇਸ ਵਿੱਚ ਛੋੜੇ ਮਜਲਿਸ ਵਿੱਚ ਆਇਆ। ਉਹ ਇਸ਼ਕ ਹੈ ਕਿਆ, ਫਰਮਾਨ ਪੜ੍ਹਨ ਲੱਗਾ ਸੱਜੇ ਖੱਬੇ ਵੇਖੇ ਬਗੈਰ ਤਾਈਫ ਕਰ ਦਿੱਤੇ, ਉਹ ਹੈ ਕਿਆ ਇਸ਼ਕ ਸ਼ਬੀਰ, ਨਹੀਂ ਵੀ ਆ ਸਕਦਾ ਨਹੀਂ ਵੀ ਹੁੰਦਾ। ਮਸੂਮ ਫਰਮਾਨ, ਖੁਦਾ ਜਿਸ ਬੰਦੇ ਨਾਲ ਭਲਾਈ ਦਾ ਇਰਾਦਾ ਰੱਖਦਾ ਹੈ ਫਿਰ ਕਿਆ ਕਰਦਾ, ਉਹਦੇ ਦਿਲ ਵਿੱਚ ਮੁਹੱਬਤ ਹੈ ਹੁਸੈਨ। ਮੁਹੱਬਤ ਏ ਸ਼ਬੀਰ, ਖੁਦਾ ਦੇ ਮਿਹਰਬਾਨੀ ਵਾਲੀ ਹੋਵੇ ਰਾਜ਼ੀ ਹੋਣ ਦੀ ਦਲੀਲ। ਕਹਿੰਦੇ ਅੰਦਰ ਸ਼ਬੀਰ ਵਸਦਾ ਹੈ ਉਹ ਮੁਤਮਈਨ ਰਾਵੇ ਖੁਦਾ ਰਾਜ਼ੀ। ਸਰ ਮੈਂ ਉਹ ਹਦੀਸ ਪੜ੍ਹਨ ਲੱਗਾ ਜਿਹੜੀ ਡਾਇਰੈਕਟ ਰਸੂਲ ਸੀ, ਦਰਮਿਆਨ ਵਿੱਚ ਕੋਈ ਰਾਵੀ ਨਹੀਂ, ਰਾਵੀ ਰਸੂਲ ਖੁਦ ਦੇ। ਬਿਆਨ ਕਰਨ ਵਾਲੇ ਰਸੂਲ ਖੁਦ ਕਦਾਂ ਜਦਾਂ ਮਹਿਰਾਜ ਤੋਂ ਵਾਪਸ ਹੋਏ, ਬਹੁਤ ਸੋਹਣੇ ਬੋਲੇ। ਅੱਜ ਵਿੱਚ ਰਸੂਲ ਬਜ਼ੁਰਗ ਚੌਗਿਰ ਦੇ ਸਾਹਿਬਾ ਸਾਰਿਆਂ ਦੀਆਂ ਨਜ਼ਰਾਂ ਰਸੂਲ ਦੇ ਚਿਹਰੇ। ਯਾ ਰਸੂਲ ਅੱਲਾ, ਸਾਡੀ ਲੱਖ ਜਾਨ ਕੁਰਬਾਨ, ਮਹਿਰਾਜ ਦਾ ਕੋਈ ਹਾਲ ਦਿਓ। ਇਹ ਖਾਮੋਸ਼ ਹੁੰਦਾ ਹੈ, ਹੋਰ ਸੁਣੋ ਨਾ, ਯਾ ਰਸੂਲ ਅੱਲਾ ਮਹਿਰਾਜ ਦਾ ਕੋਈ ਹਾਲ। ਸਰ ਮੈਂ ਰੋਡੇ ਪੜੀ, ਯਾ ਰਸੂਲ ਅੱਲਾ ਮਹਿਰਾਜ ਦਾ ਕੋਈ ਹਾਲ, ਯਾ ਰਸੂਲ ਅੱਲਾ ਮਹਿਰਾਜ ਦਾ ਕੋਈ ਹਾਲ, ਯਾ ਰਸੂਲ ਅੱਲਾ ਮਹਿਰਾਜ ਦਾ ਕੋਈ ਹਾਲ। ਕਿੰਨੀ ਦੇਰ ਬੋਲ ਸਕਦੇ ਹੋ ਇਸ ਜੁਮਲੇ ਦੇ? ਰਸੂਲ ਖੁਦਾ ਫਰਮਾਇਆ ਬਾਕੀ ਗੱਲਾਂ ਬਾਅਦ ਵਿੱਚ, ਪਹਿਲੇ ਇਹ ਸੁਣੋ ਯਾ ਰਸੂਲ ਅੱਲਾ ਕਿਹੜੀ ਸਰਕਾਰ ਫਰਮਾਇਆ ਜਿਹੜਾ ਮੈਂ ਅਰਸ਼ਾਂ ਤੇ ਗਈਆਂ, ਅਰਸ਼ ਦੇ ਸੱਜੇ ਪਾਸੇ ਲਿਖਾ ਹੋਇਆ ਹੈ ਕਿਆ, ਮੇਰਾ ਹੁਸੈਨ ਹਿਦਾਇਤ ਦਾ ਚਰਾਂਗਾ।
پچھتائے گا وہ بندہ محشر میں جو علی علی نہیں. نعرہ حیدری لگ بھی گیا ہے, ایسی سہولت موجود ہے تھوڑی, کسی لا لے نعرہ حیدری آخ لو یار کہڑی دیر اس ہمت کر بھی لئیے حیدری آخر دی ہے کتنا ثواب ہے دسا جی. یا علی نا چاہے نا یا علی مسوں فرمائے کسی میرے دادے کا نام لیا نا یا علی 16,000 ختم قرآن کا سبا. تو شامل ہو گیا میرا حسین ہدایت کا چراغ اور کشتی. عام کشتی نہیں, میرے بزرگ محترم سفتے موجود ہیں, برادر محترم موجود ہیں, جوان موجود ہیں, عام کشتی نہیں سر, نجات والی کشتی ہے. حسین ابن علی رسول فرما رہے ہیں, رسول آپ پہ نہیں فرما رہے ہیں. وہی وہی بولتے ہیں جو وہی بولتی ہے. پھر میرا آج تو واپس آ کر رسول فرما رہے لکھی آئی میرا حسین ہدایت کا چراغ اور کشتی نجات. حالانکہ معصوم سے سوال کیتا گیا ہے, کتنے بڑے کریم کا نام شبیر ہے, معصوم سے سوال کیجیے گا مولا کیا باقی ہے ماں نجات والی کشتی نہیں؟ معصوم فرمائے ہے پھر تھوڑا دادا حسین. معصوم فرمائے میرا دادا حسین تیز ترین کشتی ہے. سارے نہیں جانا میرا دادا حسین تیز ترین کشتی ہے کیویں پر وہ اس بٹی مثال میں لبی نہیں ہر جیسا بنا گا. جو ہاتھ بلند کر رہے ہیں ماشاءاللہ جوان ہیں, ہر جیسا بنا گا شبیر کے قدمہ تو نگاہ نہیں اٹھا رہا. چلو میں گل پوری کراں, سونے بولے ہو بادشاہ فرمایا باس جاؤ میرے ہر نو لے آؤ. تھوڑی ہمت کر لو ختامی مرائے لائے جاؤ میرے ہر نو اور اعزاز ہے ہر واسطے. شبیر فرما رہے ہیں عباس میرے ہر نو ایویں نہیں لے آنا, تلے ہر ہووے اتے تیرا الگ ہووے. کیا بات ہے یہ بول قریب تیا کھڑے مولا دے پر نگاہ اٹھا نہیں رہا. آ گیا ہے نگاہ تلے شبیر فرمائے بول میں تجھے مولا کیویں دیکھا گناہگار. شبیر فرمائے ہو میں آکھ رہا میں تجھے کیویں ویکھاں, میں نہیں پتا تھوڑے کتنے بندے شامل ہو سن. بادشاہ مونڈے تے ہاتھ رکھ کے فرمایا ہو مطمئن ہو کے میرے ال ویکھ تے نہیں پتا تو ایڈا بڑا گناہگار ہی نہیں جتنا بڑا میں کریم. جتنا بڑا میں سخیاں تا ہر معصوم فرمایا نمک نال کھاؤ کربلا جاؤ. حج صاحب استطاعت تے واجب ہے, سواری ہر کہیں لازم جو کربلا. مصائب کا حکم زیادہ ہے اس وجہ سے مصائب کو میلے سدا پڑھنا چاہتا. لازم جو کجنا واسطے مشتا دعا فرما کے ذمہ لائیے کہ یہ ہستیاں بہت قریب تو جان ملیں. شبیر ہر کسی نے دیکھ رہے ہیں کون کیویں آیا ہے کیویں بیٹھ رہے ہیں کیویں رو رہے ہیں. میرا بادشاہ میں سب نو ویکھ
کسی کو جاؤ نہ سائیں بد تو بد استقبال تھوڑا آپ کر سکے اس تو زیادہ کر لیا تو اپنے بزرگ نو نال لا کے تھوڑا استقبال کر سکے کدی سنیا نے کہ مہمان دا استقبال وہی ماں کی کتنی نسل گزر گئی حسین روندی روندی 1400 سال گزر گیا اس بادشاہ کی مظلومیت سے روندے بزرگ آئے روندے چلے اسی آئے اسی آیا چلے ایڈا مظلوم ہے حسین جن ہر قائم مارے خدا کب آئے مجلس پڑھن والا جدو مسائل دا کوئی لفظ آتے اتنی دھیان نال سنیا کرو ان محسوس کیتا کرو ہن تے مطلب اتنے مشکل مسائل پڑے محنت بندے ویکھ رہے ہیں انہوں نے ہے نہیں آ رہے اکبر دے بابے نو جھڑک دے وے کوئی مسائل دا اس تو وڈا کیڑا جملہ ہوندا ہے جس نے بندہ ہے کرے ہر کہے جو مارے ہیں کٹھے ہوئے نو بھی مارے ہیں کتنا مارے ہیں کربلا ٹر جاؤ تے مولا دے حرم دے اتھے روایتاں لکھیاں عربی وچ یار محرم ایک بندہ شبیر دی لاش تے پتھر مار رہا ہے شہید کدوں ہے مولا اور یہ مولا لے ہو قرآن یا زدار ہو میرے بزرگاں دی ہائی آئی ہے میں جواب چا دیتا ہے بھائی ہو جی دان مار رہے تھے بندہ کدوں مار رہے ہیں اس لیے کہ مولا جان ہے میں ہاں پزدار ہوں جملہ پڑھتے ہیں سا بار ہوں ایسا جگر بار ہوں ایسا کی جملے یار محرم نو کوئی کو نہیں مقتل چلاش نہ تے اون لاش نو مار رہے ہیں جدا ساری کوئی نہیں تقسیم شدہ کینو مار رہے ہیں دسا کینو مار رہے ہیں اونوں مار رہے ہیں جدا کوئی امامہ نہیں ہے اونوں مار رہے ہیں جدی کوئی نالین لے کے لئے اونوں مار رہے ہیں جدا کوئی کمر بد لے کے اونوں مار رہے ہیں جدی کوئی اوٹی نالو ایک بندہ تیرا دل چھوائے جگر چھوائے نالو ایک بندہ گزرتے رک کے ہے اتھے جتے بندہ مار رہے ہیں قریب آ کے آتے ہیں او ظالمہ کل دن چڑھے تے تسری اس مظلوم نو مارن لگے ہو تسری دے جوان مارے مہمان مارے پتر مارے نادان مارے سارا دن تسری مارے اجے تسری رجے نہیں کمینہ دے کل بھی میں مارن آیا پر رشی ڈاری اللہم اجل ولی اکل فرج رشی ڈاری کمینہ دے اس رشی جو میرا ہاتھ نہیں پہنچ سکا سکا حکمیں ورنہ میں ایک وین چکر ہوں مرشد حکمیں مانیان کا مولا آنے کی توفیقات خیر اضافہ فرمائے حکم کی تعمیلی تھی میں ایک وین کر پیوت دھی مقتل تھی قاتل بھی وکری وکری منت کی تھی ہے سات ضربان دہی دھی آدھی آئی میرے پیوت دھی سات ضربان تو بعد پیو آتا ہی مجھے تھی نبا قسطیا بابا
ਗਿਆਰਾਂ ਮੁਹਰਮ ਨੂੰ ਬੱਦੇ ਹੱਥਾਂ ਨਾਲ ਸ਼ਰਮ ਨਾ ਕਰੇ ਤੁਹਾਨੂੰ ਮੌਲਾ ਦਾ ਵਾਸਤੇ ਬੱਦੇ ਹੱਥਾਂ ਹੁਕਮ ਕੀਤਾ ਨਹੀਂ ਤਾਂ ਮਸਾਇਦ ਇਹ ਪੜ੍ਹਨ ਵਾਸਤੇ ਤਾਂ ਮੈਂ ਹਾਜ਼ਰ ਹੋ ਗਿਆ ਬੱਦੇ ਹੱਥਾਂ ਨਾਲ ਧੀ ਪਿਓ ਤੋਂ ਦੇਖ ਕੇ ਆਦੀ ਬਾਬਾ ਜਿਹਨਾਂ ਹੱਥਾਂ 'ਤੇ ਬੋਸੇ ਦੇਣਾ ਹਾਂ ਮੈਂ ਉਹਨਾਂ 'ਚ ਰਸਣਾ ਸਰ ਦਾ ਮਾਤਮ ਕਬੂਲ ਉਹਨੇ ਜਿਹੜੇ ਆਜ਼ਾਦਾਰ ਸਰ ਅਤੇ ਪੁਰਸ਼ਾਂ ਦੇ ਮੈਂ ਨੌਕਰ ਹਾਂ ਸਰ ਜਵਾਨੀ ਹੋਵੀ ਭਾਈ ਜਾਨ ਇਨਸ਼ਾਅੱਲਾ 14 ਦੇ ਸਵਾਰ ਬਣੋ ਇੰਝ ਹਾਇ ਕਰਕੇ ਰੋਣ ਵਾਲੇ ਆਜ਼ਾਦਾਰ ਅਤੇ ਬਾਬਾ ਇਹਨਾਂ ਹੱਥਾਂ ਨੂੰ ਤੂੰ ਚੁੰਮਦਾ ਉਹ ਹੱਥ ਪਾਬੰਦ ਹੋ ਗਏ ਬਾਬਾ ਇੱਕ ਵਾਰੀ ਮੈਨੂੰ ਦੇਖਣਾ ਮੈਂ ਸ਼ਾਮ ਪਈ ਬਹਿ ਬਾਬਾ ਤੇਰਾ ਕਾਤਿਲ ਮੈਨੂੰ ਬਾਹਰ ਨਹੀਂ ਦਿੰਦਾ ਮੈਂ ਸਕੀ ਹੋ ਬਾਬਾ ਬਾਬਾ ਇੱਕ ਵਾਰੀ ਵੇਖਣਾ ਮੈਂ ਹੋਆ ਮਾਸੂਮ ਸ਼ਿਮਰ ਲੱਭਦਾ ਵੱਧਾ ਹੈ ਧੀ ਹੁਸੈਨ ਦੀ ਲੱਭਦੀ ਬਾਬੇ ਦੀ ਲਾਸ਼ ਨਾਲ ਬੱਚੀ ਇਹ ਸਮ ਕੇ ਪਈ ਆਦੀ ਬਾਬਾ ਤੇਰੇ ਬਗੈਰ ਮੈਂ ਕੋਈ ਚੈਨ ਆਉਂਦਾ ਬਾਬਾ ਤੇਰੇ ਬਗੈਰ ਮੈਂ ਕਿਵੇਂ ਸ਼ਾਮ ਹੁੰਦਾ ਬਾਬਾ ਤੇਰੇ ਬਗੈਰ ਮੈਂ ਕੋਈ ਸਕੂਨ ਨਹੀਂ ਆਉਂਦਾ ਬਾਬਾ ਮੈਂ ਕੁੱਤੇ ਦੇ ਸੀਨੇ ਦੇ ਸਿਵਾ ਨੀਂਦਰ ਨਹੀਂ ਆਉਂਦੀ ਮੇਰਾ ਡੇ ਕੇ ਮੈਂ ਸਾਹਿਬ ਸੁਣਿਆ ਸ਼ਿਮਰ ਨੂੰ ਆਉਂਦਾ ਵੇਖ ਕੇ ਸੈਨ ਮੇਰੀ ਮਖਦੂਮਾ ਸੈਯਦਾ ਮਾਸੂਮਾ ਫਰਮਾਇਆ ਜ਼ਾਲਿਮਾ ਸਾਰਿਆਂ ਨੂੰ ਲੈ ਜਾ ਮੈਨੂੰ ਛੋੜ ਦੇ ਕਰਬਲਾ ਮੇਰਾ ਤਾਂ ਨਹੀਂ ਸਾਰਿਆਂ ਨੂੰ ਨਾ ਲੈ ਜਾਵਾਂ ਤੈਨੂੰ ਜ਼ਰੂਰ ਲੈ ਜਾ ਸਾ ਬੀਬੀ ਅਲੀ ਕਿਉਂ ਹੈ ਜ਼ਾਲਿਮਾ ਦੇ ਮੈਂ ਜਿਤਨੀਆਂ ਜ਼ਰਬਾਂ ਸ਼ਬੀਰ ਨੂੰ ਮਾਰੀਆਂ ਉਸ ਹੈ ਨਹੀਂ ਕੀਤੀ ਤੇ ਜਦੋਂ ਮੈਂ ਤੈਨੂੰ ਮਾਰਿਆ ਸਰ ਤੇ ਪੁਰਸ਼ ਦੇਵਣ ਵਾਲੇ ਜਵਾਨ ਉੱਚੀ ਹੈ ਕਰਨ ਵਾਲੇ ਆਜ਼ਾਦਾਰ ਮੈਂ ਬਹਿਣ ਦੇ ਨੇੜੇ ਆ ਗਿਆ ਜਦੋਂ ਮੈਂ ਤਿੰਨ ਮਾਰੇ ਹੈ ਨਾ ਖੰਜਰ ਤਲੇ ਸ਼ਬੀਰ ਤੜਪ ਗਿਆ ਜਿੱਥੇ ਮੇਰਾ ਦਿਲ ਬਿਸਮਿਲਾ ਜੀ ਉਹ ਪੈ ਜਿੱਥੇ ਮੇਰਾ ਦਿਲ ਹੋਇਆ ਮੈਂ ਹੁਸੈਨ ਨੂੰ ਆਵਾਂ ਉੱਥੇ ਮੈਂ ਤੈਨੂੰ ਮਾਰਸਾਂ ਹੈ ਉੱਠੀ ਨਹੀਂ ਭਾਈ ਉਠਾਈ ਗਈ ਕੈਫੀਅਤ ਵਾਲਾ ਇੱਕ ਮਹਿਣ ਕਰਨੇ ਦਾ ਹੁਕਮ ਤੁਸੀਂ ਸਾਰੇ ਜਵਾਬ ਦਿਓ ਕੁਛ ਜ਼ਿਆਦਾ ਮਲਕ ਸਲਾਮਤ ਰੱਖੇ ਤੁਹਾਡੇ ਹੁਕਮ ਦੀ ਤਾਮੀਲ ਹੋ ਗਈ ਆਬਾਦ ਰਹੋ ਇਨਸ਼ਾਅੱਲਾ ਤੁਹਾਡੇ ਵਿਹੜੇ ਆਬਾਦ ਰਵਣ ਤੁਸੀਂ ਹੁਕਮ ਫਰਮਾਇਆ ਇਸ ਮਖਰੂਮਾਂ ਦੇ ਮਸਾਇਦ ਦਾ ਚੁੱਕੇ ਮੇਰਾ ਤਵੱਸਲ ਹੈ ਇਸ ਸ਼ਬੀਰ ਦੀ ਜ਼ਖਮੀ ਪੀਣ ਨਾਲ ਮੈਂ ਨਾ ਜਿਸ ਬੰਦੇ ਦੀ ਦੁਆ ਕਬੂਲ ਨਹੀਂ ਹੁੰਦੀ ਨਾ ਉਹ ਵਸੀਲਾ ਬਣਾਵੇ ਹੁਸੈਨ ਦੀ ਧੀ ਉਹਦੀ ਕਦੀ ਦੁਆ ਰੱਦ ਨਹੀਂ ਹੋਏਗੀ ਕਦੀ ਵੀ ਰੱਦ ਨਹੀਂ ਹੋਏਗੀ ਸ਼ਬੀਰ ਨਾ ਮਦਾ ਹੋ ਕੇ ਆਖ ਰਿਹਾ ਮੇਰਾ ਤਵੱਸਲ ਇਸ ਮਖਰੂਮਾਂ ਨਾਲ ਹੈ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਕਰਦਾ ਭਾਈ ਜਦ ਸਰ ਜਾ ਕੇ ਜਵਾਬ ਦਿਓ ਧੀਆਂ ਇੰਝ ਉਠਾਈਆਂ ਜਾਂਦੀਆਂ ਸੁੰਨੀ ਦੀ ਹੋਵੇ ਸ਼ੀਆ ਦੀ ਹੋਵੇ ਕਿਸੇ ਦੀ ਹੋਵੇ ਮਹੱਲੇ ਜਦੋਂ ਕਿਸੇ ਦਾ ਪਿਓ ਮਰ ਗਿਆ ਤੇ ਮਜ਼ਦੂਰਾਂ ਉਹਦੇ ਨਾਲ ਪਿਆਰ ਕਰਦੀਆਂ ਨੇ ਅੱਲਾਹ ਦੀ ਮਰਜ਼ੀ ਲੇਕਿਨ ਜਨਾਜ਼ਾ ਚਾਣ ਲਈ ਉਹ ਧੀ ਵੱਡੇ ਵਹਿਣ ਕਰਦੀ ਐਵੇਂ ਬਜ਼ੁਰਗ ਰਿਸ਼ਤੇਦਾਰ ਅਤੇ ਧੀ ਤਾਂ ਰੋਸੀ ਪਈ ਤੁਸੀਂ ਜਨਾਜ਼ਾ ਚਾਹੋ ਸਾਈਂ ਮੈਂ ਵੇਖ ਕੇ ਜਿਵੇਂ ਸੁਣ ਲਓ ਜਨਾਜ਼ੇ ਉੱਠਦੇ ਨਾ ਧੀਆਂ ਤਾਂ ਨਹੀਂ ਉੱਠਦੀਆਂ ਬੋਲੋ ਬੋਲੋ ਜਨਾਜ਼ੇ ਉੱਠਦੇ ਨਾ ਧੀਆਂ ਤਾਂ ਨਹੀਂ ਉੱਠਦੀਆਂ ਇਹ ਪਹਿਲੀ ਧੀ ਹੈ ਜਨਾਜ਼ਾ ਗਰਮ ਜ਼ਮੀਨ ਤੇ ਤੜਫ ਰਿਹਾ ਹੈ ਆਪ ਤੁਰ ਪਈ ਬਿਸਮਿਲ੍ਲਾ ਮੁਰਸ਼ਿਦ ਆਦਾ ਮੌਲਾ ਤੋਂ ਸਲਾਮਤ ਰੱਖੇ ਆਪ ਤੁਰ ਪਈ ਹੈ ਉੱਠ ਟੁਰਦਾ ਹੈ ਅੱਗਾਂ ਜਮਾਨ ਮਾਤ ਨੂੰ ਯਕੀਨਨ ਮੇਰਾ ਸੁਣਿਆ ਇਹ ਵਹਿਣ ਤੇ ਹੁਕਮ ਕੀਤਾ ਨੇ ਇਹ ਵਹਿਣ ਦਾ ਮੁਰਸ਼ਿਦ ਆਦਾ ਹੈ ਪਹਿਲਾ ਜੁਮਲਾ ਜਿਹਨੂੰ ਪੜ੍ਹਨ ਲੱਗਾ ਇਹ ਉੱਠ ਤੇ ਅੱਗੇ ਟੁਰਿਆ ਨਾ ਧੀ ਪਿੱਛੇ ਵੇਖੇ ਮੇਰੇ ਇਹ ਇੰਝ ਬੱਦੇ ਹੱਥ ਕਰਕੇ ਪਈ ਆ ਬਾਬਾ
ਮੇਰੀਆਂ ਰੱਸੀਆਂ ਲੱਥੀਆਂ ਤਾਂ ਵੱਲਾ ਭਲਾ ਹੋ ਜਿਹੜੇ ਹੱਥ ਮਾਤਮ ਵਸਤਰ ਉਛਾ ਰਹੇ ਹੋ ਬਾਬਾ ਰੱਸੀਆਂ ਲੱਥੀਆਂ ਹੁਣ ਮੈਨੂੰ ਬੋਲੋ ਤੇ ਮੈਂ ਵਹਿਣ ਕਰਾਂ ਲੱਥੀਆਂ ਨਾ ਲੱਥੀਆਂ ਨਾ ਵੱਲੀ ਅੱਜ ਵੀ ਦੇਖੋ ਨਾ ਕੈਫੀਅਤ ਹੁੰਦੀ ਮਸਾਇਬ ਦੀ ਕੈਫੀਅਤ ਹੁੰਦੀ ਹੈ ਖੁਦਾ ਗਵਾਹ ਜੁਮਲਾ ਪੜ੍ਹ ਕੇ ਬਹੁਤ ਦਿਲ ਖਾਂਦਾ ਅੱਜ ਤੱਕ ਕੈਦ ਹੁਸੈਨ ਅੱਜ ਤੱਕ ਸ਼ਾਮ ਪਹੁੰਚੀ ਮੈਂ ਕਮਾਇਣ ਸ਼ਾਲਾ ਕਰ ਸਕਾਂ ਸ਼ਾਮ ਪਹੁੰਚੀ ਸਹੀ ਭਾਈ ਜਾਨ ਯਕੀਨਨ ਨੇ ਮਾਤਮੀ ਉਸ ਨੂੰ ਖਾਨ ਦਾ ਨਾਮ ਵੀ ਸੁਣਿਆ ਸੀ ਈਰਾਨ ਦਾ ਇੱਕ ਨਾ ਖਾਨ ਹੈ ਮਹਿਮੂਦ ਕਰੀਮੀ ਅਕਸਰ ਉਹਦੇ ਵਹਿਣ ਆਏ ਪਏ ਹੋਣ ਉਸ ਇਸ ਛੋਟੀ ਬੀਬੀ ਦਾ ਨਾ ਇੱਕ ਵਹਿਣ ਪੜਿਆ ਉਹ ਕਲਿਆਂ ਬੰਦਾ ਸੁਣ ਨਹੀਂ ਸਕਦਾ ਐਡਾ ਐਡਾ ਮੁਸ਼ਕਿਲ ਉਸ ਵਹਿਣ ਵਿੱਚ ਕੈਫੀਅਤ ਬਣੀ ਹੋਈ ਹੈ ਉਸ ਵਿੱਚ ਮੈਂ ਦੋ ਵਹਿਣ ਪਿਆ ਕਰਿਆ ਨਾ ਪਹਿਲਾਂ ਵਹਿਣ ਕਰਕੇ ਪਈਆ ਦੇ ਬਾਬਾ ਅਗਰ ਇਹ ਮੇਰੇ ਦੁਰ ਇੰਜ ਨਲ ਹਾਂ ਵਹਿਣ ਬਾਬਾ ਮੈਂ ਤਾਂ ਤੇਰੇ ਜੈ ਸਫੀ ਹੁਸੈਨ ਦੀ ਧੀ ਆ ਬਾਬਾ ਮੈਂ ਦੁਰ ਆਪ ਲਹਾ ਕੇ ਇਹਨਾਂ ਦੀਆਂ ਧੀਆਂ ਨੂੰ ਤੋਹਫੇ ਦੇ ਚੁੱਕ ਕਸਰਤ ਨਾਲ ਵੀ ਸਾਈਂ ਸਾਦਾਤ ਦਾ ਮਜਮਾ ਯਕੀਨਨ ਤੇ ਮੈਂ ਹੱਥ ਜੋੜ ਕੇ ਅਗਲਾ ਜੁਮਲਾ ਹੈ ਖੁਦਾ ਗਵਾਹ ਅਗਲਾ ਜੁਮਲਾ ਪੜ੍ਹਨ ਤੋਂ ਪਹਿਲੇ ਦਿਲ ਕਰਦਾ ਖੁਦ ਪੁਲਸਾ ਦੇਵਾਂ ਰੋ ਕੇ ਪਈਆ ਦੇ ਬਾਬਾ ਜੈ ਰੁਖ ਸਾਰਾ ਕੋ ਤੂੰ ਚੁੰਮਦਾ ਮੈਨੂੰ ਬਾਬਾ ਮੈਂ ਦੱਸਣਾ ਆ ਇਹਨਾਂ ਸ਼ਾਮੀਆਂ ਦੇ ਹੱਥ ਏਡੇ ਭਾਰੀ ਲੋਮਾ ਚਲ ਵਲੀ ਬਾਬਾ ਮੇਰੇ ਰੁਖ ਸਾਰ ਸਾਈਂ ਮੁਲਕ ਦਾ ਹਰ ਮਦਾ ਖਾਨ ਤੁਹਾਡੇ ਕੋਲ ਨੌਕਰੀ ਦੇ ਗਿਆ ਸੀ ਅੱਲਾਹ ਦਰਜਾਤ ਬੁਲੰਦ ਕਰੇ 38 ਵਾਲਾ ਬਾਬਾ ਬਖਾਦਮ ਸ਼ਾਹ ਜੀ ਕਿਬਲਾ ਸੁਲਤਾਨ ਜ਼ਾਕਿਰੀਨ ਉਹਨਾਂ ਦੀ ਸਦਰ ਮੈਂ ਪਿਛਲੇ ਦਿਨ ਪਿਆ ਸੁਣਨਾ ਮਿਲਣ ਤੇ ਖੁਦਾ ਗਵਾਹ ਬੜਾ ਰੋਂਦਾ ਰਿਹਾ ਉਹਨਾਂ ਆਖਿਆ ਰੋਂਦੀ ਮੇਰੀ ਸਹਿਣ ਅੱਗੇ ਵੀ ਆਈ ਪਰ ਅੱਜ ਇਤਨੀ ਰੋਂਦੀ ਹੈ ਪੂਰੇ ਸ਼ਾਮ ਦੀਆਂ ਮਸਤੂਰਾਂ ਜ਼ਿੰਦਾਨ ਦੇ ਚਬਿਰ ਤੋਂ ਆ ਗਈ ਕਹਿਦੀ ਇਹ ਬੱਚੀ ਚੁੱਪ ਕਿਉਂ ਨਹੀਂ ਕਰਦੀ ਜਿਹੜਾ ਕਰਬਲਾ ਸ਼ਹੀਦ ਹੋਏ ਤੇਰਾ ਵੀ ਤੇ ਬਾਬਾ ਹੈ ਇਹ ਜੁਮਲਾ ਮੈਨੂੰ ਵੇਖ ਕੇ ਸੁਣਿਆ ਹੈ ਇਮਾਮ ਮਾਤਮ ਕਰਕੇ ਆਉਂਦਾ ਹੈ ਉਹ ਕਿਵੇਂ ਚੁੱਪ ਕਰੇ ਜਿਹੜੀ ਮੌਕੇ ਦੀ ਗਵਾਹ ਹੈ ਜਿਸ ਅੱਖਾਂ ਨਾਲ ਬਾਬਾ ਮਰੀਂਦਾ ਵੇਖਦਾ ਜਿਸ ਅੱਖ ਆਏ ਉੱਚੀ ਕਰੂ ਮੈਂ ਬੈਠ ਦੇ ਨੇੜੇ ਆ ਕਹਿੰਦੀ ਕਿਵੇਂ ਚੁੱਪ ਕਰ ਮੈਂ ਫਰਮਾਇਆ ਜਬ ਤੱਕ ਬਾਬੇ ਦਾ ਸਰ ਨਾ ਮਿਲਾ ਤਬ ਤੱਕ ਚੁੱਪ ਨਾ ਕਰ ਕਹਿੰਦੀ ਇਹੀ ਮੈਂ ਵੇਖ ਕੇ ਸੁਣਿਆ ਕਹਿੰਦੀ ਨਿੱਕੀਆਂ ਧੀਆਂ ਛੋਟੀਆਂ ਧੀਆਂ ਨੂੰ ਪਿਓ ਮਿਲ ਜਾਵੇ ਨਾ ਸਾਰੇ ਦੁੱਖ ਪਿਓ ਨੂੰ ਦੱਸਦੀ ਤੂੰ ਆਦੇ ਬਾਬਾ ਮਸੀਹ ਨਾ ਰੋਸੀ ਕਿਵੇਂ ਹੋ ਸਕਦਾ ਹੈ ਸਾਜੀ ਕਰੇ ਇਮਾਮ ਰੋ ਕੇ ਆਦੇ ਸਰ ਦਿਓ ਤਾਂ ਸਹੀ ਮਿਲਣ ਦੇ ਬਾਅਦ ਨਾ ਰੋਸੀ ਹੋ ਸਕੇ ਤਾਂ ਆਵਾਜ਼ ਖੁੱਲ੍ਹਾ ਚਾ ਭਾਈ ਬੈਠ ਕਰੀ ਨਾ ਹੋਸੀ ਗੁਰਸ਼ਦ ਰਾਜ਼ੀ ਰਵਾ ਸਾਹਿਬ ਮੌਲਾ ਤੋਂ ਸਲਾਮ ਨਾ ਰੱਖੇ ਨਾ ਹੋਸੀ ਸਜਾਦ ਨੂੰ ਬਾਬੇ ਦਾ ਸਰ ਮਿਲਿਆ ਜੀ ਮੇਰੇ ਵੇਖੇ ਇੰਜ ਸਜਾਦ ਆਪਣੇ ਬਾਬੇ ਦਾ ਕੱਟਾ ਹੋਇਆ ਇਮਾਮ ਦੇ ਗੱਲ ਆਲੀਆਂ ਮੈਂ ਮੌਲਾ ਜਾਣ ਦਾ ਸੋਚਦਾ ਪਿਆ ਵੀ ਤੁਹਾਡੇ ਜੀ ਕਿਤਨੇ ਬੰਦੇ ਕੀ ਜੁਮਲੇ ਤੇ ਹੈ ਕਰ ਸਕਦੇ ਉਹਨਾਂ ਰੰਗਾਂ ਤੇ ਪੋਸਾ ਦੇ ਰਹੇ ਜਿਹੜੀਆਂ ਬੇਤਰਤੀਬ ਕੱਟੀਆਂ
میرا سلام ہو. اگلے جملے تو میں سارے بولو میں مین دن لے آ گئی مظلومیت کی سائیں جدو اس ہر نا مولا دس زندان چاہے تو ہر بی بی زندان نال ٹکر ماری ہے. کیوں رام کا بدل کی ہے زندان دا پتہ بھی کیوں پیو دیا رگاں چ خون آئی پوتر دیا اکھاں وچوں خون آئی پر یہ مارا لے ہے کر آئے تے دھی دے قدم چھے وقت جھن پیا ہے معصوما بابا ملن آئی سجاد میں تیرے کنڈے کڈن والی بہنا بابے دا سر میرے سینے تے رکھتا الدارا سر سینے تے آئے ہاں لا کے ابھی بابا جے تن مر آئے سارے راہ میں مر مرحبا مرحبا مرشد آتا بڑی روحانیت والی مجلس ہے بسم اللہ یہ پڑھ دے نا دیے بابا مدینے سفر ویندے آوے واپس بلا دے آوے سارا تو مل لے آوے جد میں آدیاں میں بابا دی ملن آئی آئی زیادہ آوے میں تھکویا میرے سینے تے سب آدیا بابا کہ تو تھکتا ہے آج میں تھک گئی مرحبا بابا تو سکوئے ناوے آج میں نے بھیراوا ماریا مدت بعد بابے دا سر ملے آئے ہاں اللہ کیا دیے رخسار گوا ہی ندی تیری دے جڑے ظالم اللہ مکمہ سیادہ دے اممہ مر ونجل دے بار میری مہین
ਐਡਾ ਮਈਆ ਕਿਉਂ ਪਿਆ ਕੰਬਦਾ ਐ ਬੀਬੀਆਂ ਦੀ ਨਰੂਆ ਇਹਦੇ ਮਈਆ ਤੇ ਚਾਰ ਖੌਫ ਹੈ ਹਾਏ ਕਾਤਲ ਤਕੱਬਲ ਦੁਆ
ربنا اغفر لي ولوالدي وللمؤمنين يوم يقوم الحساب ربنا آتنا في الدنيا حسنة وفي الآخرة حسنة وقنا عذاب النار ربنا لا تزغ قلوبنا بعد إذ هديتنا وهب لنا من لدنك رحمة إنك أنت الوهاب رب ارحمهما كما ربياني صغيرا اے میرے مالک گھر کے محمد و آل محمد تمام عزادار باتیاں بطور آیا بانیان دی صفے ماتم بچھائی تمام علماء و ذاکرین دا پڑیا اپنی بارگاہ اج عبادت شما فرما تمام خرچ اخراجات لنگر و نیاز آب و تمام اپنی بارگاہ منظور و مقبول فرما میرے مالک اس ذکر پاک و صدقہ جتنے حاضرین دے مرحومین انہوں نے درجات بلند فرما بالخصوص بانیان مجلس سید محمد علی شاہ صاحب سید الفت شاہ صاحب دے خاندان دے والدین دے جتنے مرحومین جونیوں جا چکے ہیں درجات بلند فرما بالخصوص بابا سید ناظم حسین شاہ سید مظہر حسین شاہ سید سفین شاہ اور میرے مالک انہوں نے خاندان دے جملہ مرحومین کے درجات بلند فرما میرے مالک اس بستی دے تمام سادات و مومنین جڑے دنیا تو جا چکے ہیں انہوں نے درجات بلند فرما بالخصوص انہوں نے کوئی عمل خیر کرنے والا نہیں رہا مالک انہوں نے درجات بلند فرما ذکر پاک صدقہ جڑے پریشان عالم انہوں نے پریشانیاں دور فرما جڑے تنگ دستن کشادہ رزق عطا فرما جڑے مقروضن کر سخیف شدود فرما جڑے بے اولادن اولاد نرینہ عطا فرما جڑے بیماراں صحت کاملہ عطا فرما بالخصوص مومن مخصوص نو صحت و سلامتی عطا فرما میرے مالک تمام حج و زیارات کو مشرف فرما آپس وچ اتفاق و اتحاد بنا عطا فرما سب سچا شیان علی علیہ السلام بنن دی توفیق عطا فرما ولایت امیر المومنین اپنے اوپر نافذ کرن دی توفیق عطا فرما میرے مالک حاضرین دے تمام گناہ صغیر و کبیرہ معاف فرما تمام رزق کشادگی عطا فرما اللہم اغفر ذنوبنا واستر عیوبنا واشفع مرضنا واغفر لنا ولوالدینا ولمن واجب حقه علینا اللہم عد دیوننا وارحم امواتنا وسلم مسافرینا اللہم ارزقنا زیادة فی العلم وبرکتا فی الرزق وصحة فی الجسم وطولا فی العمر ونورا فی القلب وتوبة قبل الموت ورحة عند الموت ومغفرة بعد الموت والعفو عند الحساب ونجاة من النار ودخولا في الجنة برحمتك يا أرحم الراحمين يا رب الحسين عليه السلام بحق حسين عليه السلام اشف صدر الحسين عليه السلام بظهور الحجة القائم عليه السلام اللهم صل على محمد وآل